एक बार फिर खिड़ी दोपहर च बहुत बहुत स्वागत है ते हुण आपां थोड़ा इंतजार जिहड़ा थोड़ा जिहा खत्म करदे आ। वैसे कुछ लोग हुंदे ने जिन्हां दे नाम दे नाल कोई खास पहचान जिहड़ी है ओह इस गल दी मोहताज नहीं हुंदी कि किन्ने के शब्द जिहड़े ने उहनां दी पहचान दे लई जुड़े गए ने, पर कुछ शख्सियतां इहो जिहियां हुंदियां ने जिन्हां दे जरिए, जिन्हां दे नाम दे जरिए, जिन्हां दे काम दे जरिए असीं उहनां नूं पहचानदे आ, जानदे आ। ते अजिहा ही एक नाम है किमी वर्मा जी दा, जिन्हां नूं असीं असानू माण वतना दा, जी आया नूं, मेरा पिंड, माई होम एंड खास तौर पर नसीबो वर्गियां फिल्मां दे विच कीते काम दा करके याद करदे आ। चलो आओ मुलाकात करदे आ किमी वर्मा जी दे नाल। बहुत बहुत स्वागत है किमी वर्मा मैम तुहाडा अज खिड़ी दुपहर दे विच। ਖਿੜੀ ਦੁਪਹਿਰ ਦੇ ਸਾਰੇ ਸਰੋਤਿਆਂ ਦਾ, ਸਾਰੇ ਦਰਸ਼ਕਾਂ ਦੀ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਨਵਰਿੰਦਰ ਜੀ, ਕਿੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ ਹੈ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਅੱਜ ਤੁਹਾਡੇ ਨਾਲ ਖਿੜੀ ਦੁਪਹਿਰ ਦੇ ਵਿੱਚ ਗੱਲਬਾਤ ਹੋ ਰਹੀ ਹੈ ਔਰ ਖਾਸ ਤੌਰ 'ਤੇ ਪੰਜਾਬੀਆਂ ਦੇ ਲਈ, ਪੰਜਾਬਣਾਂ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਖਾਸ ਹੋਣ ਵਾਲਾ ਹੈ। ਬਿਲਕੁਲ। ਅੱਛਾ ਮੈਮ, ਇਹ ਜਿਹੜਾ ਪ੍ਰੋਗਰਾਮ ਆਪਾਂ ਤੁਹਾਡੇ ਨਾਲ ਕਰ ਰਹੇ ਹਾਂ ਕੋਲੈਬੋਰੇਸ਼ਨ ਦੇ ਨਾਲ, ਜਸ ਪੰਜਾਬੀ ਦੇ ਨਾਲ ਮੀਡੀਆ ਪਾਰਟਨਰ ਹੈ ਜਸ ਪੰਜਾਬੀ, ਕੀ ਮੋਟਿਵ ਸੀਗਾ ਤੁਹਾਡਾ? ਬਿਕੋਜ਼ ਆਪਾਂ ਹਮੇਸ਼ਾ ਸੁਣਦੇ ਹਾਂ ਮਿਸ ਯੂਨੀਵਰਸ, ਮਿਸ ਇੰਡੀਆ ਸੁਣਦੇ ਹਾਂ, ਮਿਸ ਵਰਲਡ ਸੁਣਦੇ ਹਾਂ, ਮਿਸ ਪੰਜਾਬਣ ਸੁਣਦੇ ਹਾਂ, ਬਟ ਮਿਸ ਪੰਜਾਬਣ, ਮਿਸਿਸ ਪੰਜਾਬਣ USA 2021, ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਜਿਹੜਾ ਉਹ ਆਇਆ? ਮੈਨੂੰ ਓਵਰਆਲ ਫੀਲ ਹੁੰਦਾ, ਇਹ ਨੋਰਮਲ ਜਨਰਲ ਨੌਲੇਜ ਵੀ ਹੈਗੀ ਹੈ ਕਿ ਲੇਡੀਜ਼ ਬਹੁਤ ਹਾਰਡ ਵਰਕਿੰਗ ਹੁੰਦੀਆਂ ਨੇ, ਉਹ ਬਹੁਤ ਕੰਮ ਕਰਦੀਆਂ ਨੇ, ਚਾਹੇ ਉਹ ਪੰਜਾਬੀ ਹੋਣ ਨਾ ਹੋਣ, ਸਾਰੀਆਂ ਹੀ। ਔਰ ਜਿੱਦਾਂ ਕਿ ਮੈਂ ਪੰਜਾਬੀ ਹਾਂ, ਮੈਂ ਤੇ ਨੈਚੁਰਲੀ ਇਸ ਕਲਚਰ ਨੂੰ ਬਿਲੋਂਗ ਕਰਦੀ ਹਾਂ, ਤਾਂ ਇਹਨਾਂ ਵੇ ਆਈ ਵਾਂਟਡ ਟੂ ਪ੍ਰਮੋਟ ਦ ਪੰਜਾਬੀ ਕਲਚਰ। ਤੇ ਵੈਸੇ ਵੀ ਹੈ ਨਾ, ਹੁਣ ਜਿਵੇਂ ਤੁਸੀਂ ਕਿਹਾ ਕਿ ਆਪਾਂ ਦੇਖਦੇ ਹਾਂ ਵੀ ਮਿਸ ਯੂਨੀਵਰਸ ਹੈ, ਮਿਸ ਇੰਡੀਆ ਹੈ, ਮਿਸ ਯੇ ਹੈ, ਵੋ ਹੈ, ਪਰ USA ਦੇ ਵਿੱਚ ਬਹੁਤ ਪੰਜਾਬੀ ਫੈਮਿਲੀਜ਼ ਨੇ, ਬਹੁਤ ਸੋਹਣੀਆਂ ਸੋਹਣੀਆਂ, ਬੜੀਆ ਐਜੂਕੇਟਡ, ਵੈਰੀ ਯੂ ਨੋ ਗੋ ਗੈਟਰਸ ਪੰਜਾਬਣਾਂ ਨੇ, ਤਾਂ ਉਹਨਾਂ ਨੂੰ ਵੀ ਰੈਕਗਨੀਸ਼ਨ ਚਾਹੀਦੀ ਹੈ, ਕਿਉਂਕਿ ਪੰਜਾਬਣਾਂ ਬਾਕੀ ਬਹੁਤ ਕੰਮ ਕਰਦੀਆਂ ਨੇ, ਤੇ ਆਮ ਲਾਈਕ ਦੇ ਸੋ ਸਕਸੈਸਫੁਲ, ਬਟ ਦੇ ਸ਼ੁੱਡ ਬੀ ਰੈਕਗਨਾਈਜ਼ਡ। ਐਂਡ ਆਮ ਲਾਈਕ ਡੈਫੀਨਿਟਲੀ, ਯੂ ਨੋ ਮੈਂ ਪੈਜਨ ਕਰਨਾ ਚਾਹੁੰਦੀ ਹਾਂ, ਇਟ ਹੈਜ਼ ਟੂ ਬੀ ਮਿਸ ਐਂਡ ਮਿਸਿਸ ਪੰਜਾਬ। ਜੀ ਜੀ ਜੀ, ਓਕੇ। ਐਂਡ ਇਸ ਤੋਂ ਪਹਿਲਾਂ ਕਿ ਮੈਮ ਮੈਂ ਤੁਹਾਡੇ ਕੋਲੋਂ ਰੂਲਸ ਐਂਡ ਰੈਗੂਲੇਸ਼ਨਸ ਪੁੱਛਾਂ ਇਹਦੇ ਕੀ ਹੈਗੇ ਨੇ, ਆਪਾਂ ਇੱਕ ਕਾਲ ਲੈ ਲੈਂਦੇ ਹਾਂ ਬਿਕੋਜ਼ ਨਾਲ ਦੀ ਨਾਲ ਆਪਣੇ ਕਾਲਰਸ ਦੇ ਨਾਲ ਗੱਲਬਾਤ ਵੀ ਜਿਹੜੀ ਬਹੁਤ ਜ਼ਰੂਰੀ ਹੈ। ਹੈਲੋ 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 ਮੈਮ, ਹਾਂਜੀ, ਸਤਿ ਸ਼੍ਰੀ ਅਕਾਲ ਚੁੰਦ ਮੈਮ। ਬਿਲਕੁਲ ਠੀਕ ਹੈ ਜੀ। ਮੈਮ ਆਪਣੇ ਨਾਲ ਕਿਮੀ ਵਰਮਾ ਮੈਮ ਨੇ, ਕੋਈ ਸਵਾਲ ਤੁਸੀਂ ਇਹਨਾਂ ਤੋਂ ਕਰਨਾ? ਪੰਜਾਬੀ ਬੰਦਾ ਅੱਗੇ ਆਉਣ ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ ਜੀ, ਜੀ। ਤੇ ਕਿਸੇ ਵੀ ਤਰ੍ਹਾਂ ਰੱਖ ਲੋ, ਕਿਸੇ ਵੀ ਕੰਮਾਂ ਦੇ ਵਿੱਚ ਆਉਣ, ਕਿੰਨੇ ਸੋਹਣੇ ਲੱਗਦੇ ਨੇ ਅਗਰ ਬੱਚੇ ਆਪਣੇ ਵੱਧਦੇ ਹੋਣ ਅੱਗੇ ਨਾ ਅੱਗੇ ਜੀ। ਬਿਲਕੁਲ, ਆਪਣੇ ਆਪ ਦੇ ਵਿੱਚ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਪੰਜਾਬੀ ਹੋ ਕੇ ਤੇ ਸਾਡੇ ਬੱਚੇ ਅੱਗੇ ਇਹੋ ਜਿਹੇ ਕੰਮਾਂ ਵਿੱਚ ਆ ਰਹੇ ਨੇ, ਤੇ ਬਹੁਤ ਸੋਹਣੀ ਗੱਲ ਹੈ ਜੀ। ਬਿਲਕੁਲ ਬਿਲਕੁਲ ਮੈਮ, ਔਰ ਇੱਕ ਇਵੈਂਟ ਵੀ ਇਸੇ ਤਰ੍ਹਾਂ ਦਾ ਕਿਮੀ ਵਰਮਾ ਮੈਮ ਲੈ ਕੇ ਆ ਰਹੇ ਨੇ ਜਸ ਪੰਜਾਬੀ ਦੇ ਨਾਲ, ਮਿਸ ਐਂਡ ਮਿਸਿਸ ਪੰਜਾਬਨ USA। ਤੁਸੀਂ ਇਵਨ ਕਿਮੀ ਵਰਮਾ ਮੈਮ, ਇਹ ਮੈਮ ਬਹੁਤ ਸੋਹਣਾ ਗਾਉਂਦੇ ਨੇ ਔਰ ਬਹੁਤ ਐਕਟਿਵ ਨੇ ਪੰਜਾਬੀ ਦੇ ਵਿੱਚ, ਤਾਂ ਖੈਰ ਡੈਫੀਨੇਟਲੀ ਕੋਈ ਮੁਕਾਬਲਾ ਨਹੀਂ ਇਹਨਾਂ ਦਾ। ਦਰਸ਼ਕਾਂ ਦਾ ਵੀ ਸਵਾਲ ਹੋਵੇ ਤਾਂ ਜ਼ਰੂਰ ਤੁਸੀਂ ਪੁੱਛ ਸਕਦੇ ਹੋ, ਬਟ ਜੇ ਹੁਣ ਆਪਾਂ ਗੱਲ ਕਰੀਏ ਇਸ ਇਵੈਂਟ ਦੀ ਮੈਮ, ਤਾਂ ਕੀ ਰੂਲਸ ਐਂਡ ਰੈਗੂਲੇਸ਼ਨਸ ਨੇ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਦੇ? ਪਾਰਟਿਸਿਪੇਟ ਕਰਨ ਲਈ ਮੈਂ ਡੈਫੀਨਿਟਲੀ ਕਹਿਣਾ ਚਾਹੂੰਗੀ ਕਿ ਸਾਡੇ ਪੈਜੈਂਟ ਦੇ ਵਿੱਚ ਸਟ੍ਰਿਕਟ ਰੂਲਸ ਨਹੀਂ ਗੇ ਜੀ, ਕਿ ਇਨ ਅ ਵੇ ਕਿ ਬੀ ਫੋਰ ਅ ਮਿਸ ਪੰਜਾਬਣ ਏਜ ਕ੍ਰਾਈਟੀਰੀਆ ਹੈਗਾ 18 ਈਅਰਸ ਟੂ 35 ਈਅਰਸ, ਐਂਡ ਫੋਰ ਮਿਸਿਸ ਪੰਜਾਬਣ ਦਾ ਏਜ ਕ੍ਰਾਈਟੀਰੀਆ ਇਜ਼ 21 ਈਅਰਸ ਟੂ 65 ਈਅਰਸ ਜੀ। ਐਂਡ ਦੂਜਾ ਇਹ ਵੀ ਮੇਰਾ ਕ੍ਰਾਈਟੀਰੀਆ ਨਹੀਂ ਹੈਗਾ, ਕਿਉਂਕਿ ਨਾ ਮੈਂ ਦੇਖਿਆ ਹੋਰ ਕਈ ਪੈਜੈਂਟਸ ਦੇ ਵਿੱਚ ਕਿ ਇੰਨਾ ਭਾਰ ਹੋਣਾ ਚਾਹੀਦਾ, ਇੰਨਾ ਕੱਦ ਹੋਣਾ ਚਾਹੀਦਾ, ਇੰਨਾ ਕਮਰ ਦਾ ਸਾਈਜ਼ ਹੋਣਾ ਚਾਹੀਦਾ, ਤੇ ਸਾਡੇ ਦੇ ਵਿੱਚ ਇਹ ਸਭ ਨਹੀਂ ਹੈ, ਕਿਉਂਕਿ ਤੁਹਾਨੂੰ ਇਹ ਚੀਜ਼ਾਂ, ਤੁਹਾਡਾ ਕੱਦ ਉਹ ਤੇ ਪਰਮਾਤਮਾ ਨੇ ਜੋ ਦਿੱਤਾ ਸੋ ਦਿੱਤਾ, ਤੁਸੀਂ ਉਹਦੇ ਵਿੱਚ ਮਿਹਨਤ ਨਹੀਂ ਕਰ ਸਕਦੇ, ਪਰ ਬਾਕੀ ਤੁਹਾਡਾ ਜਿਹੜਾ ਹੁਨਰ ਹੈਗਾ, ਤੁਹਾਡਾ ਟੈਲੈਂਟ, ਤੁਹਾਡਾ ਕਰੇਜ, ਤੁਹਾਡੀ ਪਰਸਨੈਲਿਟੀ, ਉਹ ਤੁਹਾਡੇ ਤੇ ਡਿਪੈਂਡ ਕਰਦੀ ਹੈ। ਸੋ ਆਈ ਵਾਂਟ ਟੂ ਡੈਫੀਨਿਟਲੀ ਰੈਕਗਨਾਈਜ਼ ਦੈਟ,
ਤੇ ਇਹ ਜ਼ਰੂਰੀ ਨਹੀਂ ਕਿ ਜੀ ਤੁਸੀਂ 5 ਫੁੱਟ 8 ਇੰਚ ਹੋਵੋ, ਨਹੀਂ, ਨੋਟ ਐਟ ਆਲ। ਜੋ ਤੁਹਾਡੀ ਹਾਈਟ ਹੈਗੀ ਹੈ ਇਜ਼ ਟੋਟਲੀ ਫਾਈਨ, ਕਿਉਂਕਿ ਫੋਰ ਮਿਸ ਪੰਜਾਬਣ ਮਿਸਿਸ ਪੰਜਾਬਣ ਇਹਦਾ ਬੇਸਿਸ ਹੈਗਾ ਵਾ ਤੁਹਾਡੀ ਅਣਖ, ਤੁਹਾਡਾ ਕਰੇਜ, ਤੁਹਾਡੀ ਪਰਸਨੈਲਿਟੀ, ਜਿਹੜੀ ਪੰਜਾਬੀਅਤ ਤੁਹਾਡੇ 'ਚ ਹੈਗੀ ਹੈ, ਪੰਜਾਬੀ ਪ੍ਰਾਈਡ, ਨਾਟ ਜਸਟ ਕਿ ਵੀ ਬਸ ਜੀ ਕੱਦ ਪੂਰਾ ਹੋਵੇ, ਇਹ ਹੋਵੇ, ਨਾਟ ਜਸਟ। ਅੱਛਾ ਮੈਮ, ਤੁਸੀਂ ਗੱਲ ਕੀਤੀ ਕਿ ਜਿਹੜੀ ਸਾਡੀ ਪਰਸਨੈਲਿਟੀ ਅਸੀਂ ਆਪ ਡਿਵੈਲਪ ਕਰਦੇ ਹਾਂ, ਐਕਚੁਅਲ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਜਿਹੜਾ ਸਾਰਾ ਰੋਲ ਆ ਉਸੇ ਚੀਜ਼ ਦਾ। ਬਟ ਇੱਕ ਹੋਰ ਗੱਲ ਜਿਹੜੀ ਧਿਆਨ ਦੇਣ ਵਾਲੀ ਹੈਗੀ ਹੈ ਕਿ ਸਾਡੇ ਜਿਹੜੀਆਂ ਘਰਾਂ ਦੀਆਂ ਔਰਤਾਂ ਨੇ ਜਾਂ ਜਿਹੜੀਆਂ ਸਾਡੀਆਂ ਕੁੜੀਆਂ ਨੇ, ਉਹਨਾਂ ਨੂੰ ਇੱਕ ਇੰਨਾ ਐਕਸਪੋਜ਼ਰ ਨਹੀਂ ਮਿਲਦਾ ਕਿ ਉਹ ਇੱਕ ਵੱਡੀ ਸਟੇਜ 'ਤੇ ਜਾ ਕੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕਣ, ਹੈ ਨਾ। ਆਪਣਾ ਉਸ ਲੈਵਲ ਦਾ ਐਕਸਪੋਜ਼ਰ ਵੀ ਨਹੀਂ ਹੁੰਦਾ। ਬਹੁਤ ਵਾਰੀ ਤਾਂ ਐਵੇਂ ਵੀ ਹੁੰਦਾ ਕਿ ਅਸੀਂ ਘਰ ਦੇ ਵਿੱਚ 4 ਬੰਦਿਆਂ 'ਚ ਬਹਿ ਕੇ ਵੀ ਗੱਲ ਜਿਹੜੀ ਆ ਉਹ ਸਾਡੀਆਂ ਲੇਡੀਜ਼ ਨਹੀਂ ਕਰ ਪਾਉਂਦੀਆਂ, ਜਾਂ ਇੰਝ ਕਹਿ ਲਓ ਕਿ ਸ਼ਾਈ ਨੇਚਰ ਹੁੰਦਾ। ਸੋ ਉਹਨਾਂ ਨੂੰ ਪ੍ਰੈਜੈਂਟੇਬਲ ਬਣਾਉਣ ਦੇ ਲਈ ਜਾਂ ਉੱਥੋਂ ਤੱਕ ਪਹੁੰਚਣ ਦੇ ਲਈ ਵੀ ਕੀ ਤੁਸੀਂ ਕੋਈ ਹੈਲਪ ਉਹਨਾਂ ਦੀ ਕਰ ਰਹੇ ਹੋ ਇਸ ਕੰਪੀਟੀਸ਼ਨ ਦੇ ਜ਼ਰੀਏ? ਬਿਲਕੁਲ, ਸਾਡੇ ਹੀ ਕੰਪੀਟੀਸ਼ਨ ਦੇ ਵਿੱਚ ਜਿਹੜੇ ਵੀ ਸਾਡੇ ਚੋਜ਼ਨ ਜਿਹੜੇ ਵੀ ਪਾਰਟਿਸਪੈਂਟਸ ਹੋਣਗੇ ਉਹਨਾਂ ਲਈ ਅਸੀਂ 9-10 ਡਿਫਰੈਂਟ ਤਰ੍ਹਾਂ ਦੀਆਂ ਕਲਾਸਿਸ ਦੇ ਰਹੇ ਹਾਂ, ਉਹਨਾਂ ਨੂੰ ਵਰਕਸ਼ਾਪ ਦੇ ਰਹੇ ਹਾਂ ਜਿਹਦੇ ਵਿੱਚ ਕਿ ਸਾਰਾ ਕੁਝ ਹੈਗਾ ਵਾ, ਤੁਹਾਡੇ ਕਿੱਦਾਂ ਤੁਸੀਂ ਬੋਲਣਾ, ਸਟੇਜ ਪ੍ਰੈਜੈਂਸ, ਓਵਰਆਲ ਕੰਫੀਡੈਂਸ, ਟੈਲੈਂਟ, ਤੇ ਤੁਹਾਡਾ ਮੇਕਅਪ, ਹੇਅਰ, ਸਾਰੀਆਂ ਚੀਜ਼ਾਂ ਤੇ, ਐਂਡ ਯੂ ਨੋ ਤੁਹਾਡੀ ਵਾਕਿੰਗ, ਤੁਹਾਡੀ ਡਾਂਸਿੰਗ, ਸਾਰੀਆਂ ਚੀਜ਼ਾਂ ਦੀ ਤੁਹਾਨੂੰ ਵਰਕਸ਼ਾਪਸ ਦਿੱਤੀਆਂ ਜਾਣਗੀਆਂ, ਤਾਂ ਕਿ ਤੁਸੀਂ ਬਿਲਕੁਲ ਪ੍ਰਿਪੇਅਰਡ ਹੋਵੋ, ਤੁਹਾਡੀ ਓਵਰਆਲ ਪਰਸਨੈਲਿਟੀ ਜ਼ਿੰਦਗੀ ਦੇ ਵਿੱਚ ਸ਼ਾਈਨ ਕਰੇ। ਇਹ ਮਤਲਬ ਖਾਲੀ ਇਹ ਨਹੀਂ ਕਿ ਇੱਕ ਪੈਜੈਂਟ ਦੇ ਲਈ, ਇਹ ਚੀਜ਼ਾਂ ਲਾਈਫ ਦੇ ਵਿੱਚ, ਤੁਹਾਡਾ ਕਰੀਅਰ ਵੀ ਹੈਗਾ, ਤੁਸੀਂ ਵਕੀਲ ਹੋ, ਤੁਸੀਂ ਬਿਜ਼ਨਸ ਪਰਸਨ ਹੋ, ਤੁਸੀਂ ਫਿਜ਼ੀਸ਼ੀਅਨ ਹੋ, ਓਵਰਆਲ ਤੁਹਾਡੇ ਵਿੱਚ ਇਹ ਤੁਹਾਡੀ ਪਰਸਨੈਲਿਟੀ ਇਨਕਰੀਜ਼ ਹੋਣੀ ਇਜ਼ ਆਲਵੇਜ਼ ਅ ਗੁੱਡ ਥਿੰਗ। ਜੀ, ਇਹੀ ਮੇਰਾ ਇੱਕ ਅਗਲਾ ਸਵਾਲ ਇਹੀ ਸੀਗਾ ਕਿ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਨੇ US ਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਲਮੋਸਟ ਵਰਕਿੰਗ ਨੇ, ਘਰਾਂ ਦੇ ਵਿੱਚ ਰਹਿਣ ਵਾਲੇ ਪਰਿਵਾਰ ਜਿਹੜੇ ਨੇ ਬਹੁਤ ਘੱਟ ਨੇ ਜਾਂ ਬਹੁਤ ਅਪਰ ਏਜ ਹੋਣੀ ਹੈ ਜਿਹੜੀ ਘਰ ਦੇ ਵਿੱਚ ਸੀਮਿਤ ਹੈ। ਉਹਨਾਂ ਲੋਕਾਂ ਦੇ ਲਈ ਕੋਈ ਇਸ ਤਰ੍ਹਾਂ ਦਾ ਅਰੇਂਜਮੈਂਟ ਹੈ ਕਿ ਜੇਕਰ ਉਹਨਾਂ ਨੂੰ ਕੰਮ ਤੋਂ ਵੀਕ ਦੇ ਵਿੱਚ ਛੁੱਟੀ ਲੈਣੀ ਪਵੇ ਜਾਂ ਕੰਟੀਨਿਊਸਲੀ ਕੁਝ ਦਿਨਾਂ ਲਈ ਛੁੱਟੀ ਲੈਣੀ ਪਵੇ ਤਾਂ ਹੋ ਸਕਦਾ ਹੈ ਪੋਸੀਬਲ, ਜਾਂ ਤੁਸੀਂ ਆਪਣਾ ਇਵੈਂਟ ਜਿਹੜਾ ਉਸ ਹਿਸਾਬ ਨਾਲ ਮੈਨੇਜ ਕਰ ਰਹੇ ਹੋ? ਅਸੀਂ ਇਵੈਂਟ ਉਸ ਹਿਸਾਬ ਨਾਲ ਮੈਨੇਜ ਕਰ ਰਹੇ ਹਾਂ, ਕਿਉਂਕਿ ਮੈਂ ਬਹੁਤ ਵੈਲਿਊ ਕਰਦੀ ਹਾਂ ਉਹਨਾਂ ਨੂੰ, ਜਿਹੜੇ ਉਹਨਾਂ ਦਾ ਕਰੀਅਰ ਵੀ ਹੈਗਾ, ਕੰਮ ਵੀ ਕਰਦੀਆਂ ਨੇ, ਘਰ ਬੱਚੇ ਵੀ ਹੈਗੇ ਨੇ, ਫਿਰ ਉਹਨਾਂ ਦੇ ਆਪਣੇ ਆਪਣੀਆਂ ਚੀਜ਼ਾਂ ਵੀ, ਲਾਈਕ ਆਪਣੀਆਂ ਕਮਿਟਮੈਂਟਸ, ਸੋ ਆਫਕੋਰਸ ਵੀ ਵੈਲਿਊ ਦੈਟ ਕਿ ਜਿਹੜੀਆਂ ਸਾਡੀਆਂ ਨਾ ਰਿਹਰਸਲਸ ਹੋਣਗੀਆਂ ਇਵੈਂਟ ਤੋਂ ਪਹਿਲਾਂ, ਐਟਲੀਸਟ 6 ਹਫ਼ਤੇ ਐਵਰੀ ਵੀਕਐਂਡ ਰਿਹਰਸਲ ਹੋਏਗੀ, ਤੇ ਜੇ ਉਹ ਆਊਟ ਆਫ ਸਟੇਸ਼ਨ ਨੇ, ਮਤਲਬ ਜੇ ਉਹ LA ਦੇ ਵਿੱਚ ਨਹੀਂ ਗਏ ਤਾਂ ਉਹ ਜ਼ੂਮ ਤੇ ਰਿਹਰਸਲ ਕਰ ਸਕਦੇ। ਅੱਜ ਕੱਲ੍ਹ ਫਾਇਦਾ ਕਿੰਨਾ ਵਾ, ਸਕਾਈਪ, ਜ਼ੂਮ, ਵਰਕਸ਼ਾਪਸ ਵੀ ਅਸੀਂ ਉਹਨਾਂ ਨੂੰ ਜ਼ੂਮ ਤੇ ਵੀ ਦੇ ਸਕਦੇ ਹਾਂ, ਲਾਈਕ ਜਿਹੜੀ ਚੀਜ਼ਾਂ ਚਾਹੀਦੀਆਂ ਨੇ, ਬਿਕੋਜ਼ ਆਫਕੋਰਸ ਆਪਾਂ ਸਮੇਂ ਦੇ ਨਾਲ ਚੱਲਣਾ, ਐਂਡ ਵੀ ਬੀਂਗ the generation of today, we have to be forward looking. Exactly. aur digital zamane da pura pura fayda jehda aya is event de zariye le aa sakde ja keh sakega. acha ma'am, registration jehdi hai oh kis tarah karwai jave is event de layi? registration karan layi tusi sadi website te ja sakde ho, utthe even phone number hega va, tusi phone kar sakde ho, sanu text message kar sakde ho, aur fir us tonu email karke application form vagera bhejange, ਉਹਦੇ ਵਿੱਚ ਤੁਸੀਂ ਜੋ ਜੋ ਇਨਫੋਰਮੇਸ਼ਨ ਹੈਗੀ ਉਹ ਸਭ ਲਿਖਣੀ ਹੈ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ USA 'ਚ ਰਹਿੰਦੇ ਹੋ। ਓਕੇ, ਕਿਉਂਕਿ ਅਸੀਂ ਪੋਸੀਬਲੀ ਆਸਟ੍ਰੇਲੀਆ ਤੋਂ ਕੋਈ ਵਿਜ਼ਿਟ ਕਰ ਰਿਹਾ, ਉਹਨਾਂ ਨੂੰ ਅਸੀਂ ਮਿਸ ਪੰਜਾਬਣ ਮਿਸਿਸ ਪੰਜਾਬਣ USA ਦੇ ਵਿੱਚ ਅਲਾਓ ਨਹੀਂ ਕਰ ਸਕਾਂਗੇ, ਤਾਂ ਇਟਸ ਇੰਪੋਰਟੈਂਟ ਕਿ ਤੁਸੀਂ ਉਹ ਫਾਰਮ ਭਰਿਓ, ਅਸੀਂ ਤੁਹਾਨੂੰ ਈਮੇਲ ਕਰਾਂਗੇ, ਐਂਡ ਦੈਟਸ ਇਟ। ਓਕੇ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਨੇ? ਇਸ ਦਾ ਤੁਸੀਂ ਦੱਸਿਆ ਕਿ ਏਜ ਇਜ਼ ਨੋ ਬੈਰੀਅਰ, ਹਾਈਟ ਵੇਟ ਇਜ਼ ਨੋਟ ਐਟ ਆਲ ਮੈਟਰ, ਹੋਰ ਕੀ ਰਿਕੁਆਇਰਮੈਂਟਸ ਨੇ ਜਿਹੜੀਆਂ ਕਿ ਇਸ ਇਵੈਂਟ ਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ ਜ਼ਰੂਰੀ ਨੇ? ਉਹ ਰਿਕੁਆਇਰਮੈਂਟਸ, ਤੁਹਾਡੇ 'ਚ ਕੌਨਫੀਡੈਂਸ ਹੋਣਾ, ਤੁਹਾਡਾ ਲਾਈਕ ਓਵਰਆਲ, ਹੈ ਨਾ। ਅਸੀਂ ਜਿਹੜੀ ਐਪਲੀਕੇਸ਼ਨ ਮੈਂ ਬਣਾਈ ਉਹਦੇ ਵਿੱਚ ਤੁਸੀਂ ਆਪਦੇ ਬਾਰੇ 3 ਵਰਡਸ ਲਿਖਣੇ ਨੇ, 3 words that you know that you would use for yourself, matlab ki tusi likhoge ta asi ode naal hi sanu thoda idea hunda ki thodi kiddan di matlab soch kiddan di hai hai, aur dusra eh hoega ki thonu ek 1 minute di video bana ke bhejni payegi sanu ji, koi photographs bhi send karniyan hongiyan, ਕੋਈ ਫੋਟੋਗ੍ਰਾਫਸ ਵਗੈਰਾ ਵੀ ਭੇਜਣੀਆਂ ਹੋਣਗੀਆਂ। ਮੈਂ ਪੋਰਟਫੋਲੀਓਜ਼ ਵਗੈਰਾ ਵੀ ਪ੍ਰੋਫੈਸ਼ਨਲੀ ਕਈ ਵਾਰ ਲੇਡੀਜ਼ ਨਹੀਂ ਬਣਵਾ ਪਾਉਂਦੀਆਂ, ਔਰ ਹਮੇਸ਼ਾ ਸੁਣਨ 'ਚ ਆਉਂਦਾ ਹੈ ਕਿ ਨਹੀਂ ਜਦੋਂ ਵੀ ਤੁਸੀਂ ਕਦੇ ਇਹੋ ਜਿਹੇ ਕਿਸੇ ਕੰਪੀਟੀਸ਼ਨ ਲਈ ਜਾ ਰਹੇ ਹਾਂ ਤਾਂ ਤੁਹਾਡੇ ਕੋਲ ਪ੍ਰੋਫੈਸ਼ਨਲ ਫੋਟੋਗ੍ਰਾਫਸ ਹੋਣੀਆਂ ਚਾਹੀਦੀਆਂ ਨੇ।
ਤੁਹਾਡੇ ਕੋਲ ਪ੍ਰੋਫੈਸ਼ਨਲ ਫੋਟੋਗ੍ਰਾਫਸ ਨਹੀਂ ਹੋਣੀਆਂ ਚਾਹੀਦੀਆਂ, ਦੈਟਸ ਓਕੇ। ਜੇ ਤੁਹਾਡੇ ਕੋਲ ਨਹੀਂ ਗਿਆ ਤਾਂ ਵੀ ਓਕੇ, ਕਿਉਂਕਿ ਜਿਹੜੇ ਵੀ ਸਾਡੇ ਪਾਰਟਿਸਿਪੈਂਟਸ ਹੋਣਗੇ ਉਹਨਾਂ ਲਈ ਅਸੀਂ ਇੱਕ ਪ੍ਰੋਫੈਸ਼ਨਲ ਫੋਟੋਸ਼ੂਟ ਵੀ ਰੱਖਾਂਗੇ। ਓਕੇ, ਉਹ ਪਿਕਚਰਸ ਉਹਨਾਂ ਨੂੰ ਗਿਫਟ ਕੀਤੀਆਂ ਜਾਣਗੀਆਂ, ਉਹ ਆਪਣੇ ਜਿੱਥੇ ਮਰਜ਼ੀ ਯੂਜ਼ ਕਰਨ, ਕਿਉਂਕਿ ਹੁਣ ਜਿਵੇਂ ਤੁਸੀਂ ਕਿਹਾ ਕਿ ਸਾਰੇ ਲੋਕ ਨਹੀਂ ਫੋਟੋਸ਼ੂਟ ਕਰਦੇ, ਬਿਲਕੁਲ ਅਸੀਂ ਕਰਾਵਾਂਗੇ ਤੁਹਾਡੀ ਫੋਟੋਸ਼ੂਟ, ਨਥਿੰਗ ਟੂ ਵਰੀ। ਮਤਲਬ ਬਸ ਤੁਸੀਂ ਪਾਰਟਿਸਿਪੇਟ ਕਰਨ ਵਾਲੇ ਬਣੋ, ਤੁਹਾਡਾ ਪੋਰਟਫੋਲੀਓ ਬਣਵਾ ਕੇ ਦਿੱਤਾ ਜਾਏਗਾ। ਬਣਵਾ All right. अच्छा मैम, जिमें देखो इटसेल्फ, वैसे तो जो इवेंट का नाम हैगा वो इटसेल्फ यही है कि मिस एंड मिसिज यूएसए पंजाबन, राइट? बट पंजाबी दी रिक्वायरमेंट जिहड़ी आ ओह किन्नी क हैगी आ? बिकॉज बहुत वारी एवें भी हुंदा कि जिहड़ियां साडियां करंट जनरेशन ने, साडे नानके दादके तां होणगे यूएस दे विच, पर जिहड़ियां उत्थों दीआं बॉर्न जनरेशन ने उहनां लई पंजाबी इक चैलेंज बन जांदा। सो उहनां दे लई की कहना चाहोगे तुसीं? असीं ਇਹ ਹੈਗਾ ਕਿ ਉਹਨਾਂ ਨੂੰ ਡੈਫੀਨੇਟਲੀ ਪੰਜਾਬੀ ਸਮਝ ਆਉਣੀ ਚਾਹੀਦੀ ਹੈ ਜੀ। ਮਤਲਬ ਠੇਠ ਪੰਜਾਬੀ ਨਹੀਂ, ਪਰ ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਉਹ ਸਮਝ ਐਬਸੋਲੂਟਲੀ ਆਉਣੀ ਚਾਹੀਦੀ ਹੈ, ਕਿਉਂਕਿ ਅਸੀਂ ਪੰਜਾਬੀ ਕਲਚਰ ਨੂੰ ਰਿਪ੍ਰੈਜੈਂਟ ਕਰ ਰਹੇ ਹਾਂ। ਜੇ ਅਸੀਂ ਉਹਦੇ ਵਿੱਚ ਮਾਂ ਬੋਲੀ ਹੀ ਨਹੀਂ ਪਾਵਾਂਗੇ ਤਾਂ ਦੈਨ ਦੈਟਸ ਨੋਟ ਓਕੇ। ਪਰ ਐਟ ਦ ਸੇਮ ਟਾਈਮ ਪੰਜਾਬੀ ਪੜ੍ਹਨੀ ਲਿਖਣੀ ਆਉਣੀ ਇਸ ਪਾਜਣ ਲਈ ਜ਼ਰੂਰੀ ਨਹੀਂ ਹੈ, ਬਿਕੋਜ਼ ਬਹੁਤ ਅੱਜ ਕੱਲ੍ਹ ਇੰਨਾ ਡਿਮਾਂਡਿੰਗ ਹੈਗਾ ਤੁਹਾਡਾ ਸਕੂਲ, ਤੁਹਾਡੀ ਜੋਬ, ਬਹੁਤ ਔਖਾ ਹੈ ਕੁਛ ਨਵੀਆਂ ਨਵੀਆਂ ਚੀਜ਼ਾਂ ਸਿੱਖਣੀਆਂ, ਔਰ ਦੈਟਸ ਨੋਟ ਇੰਪੋਰਟੈਂਟ। ਪਰ ਇੰਪੋਰਟੈਂਟ ਕਿ ਤੁਹਾਨੂੰ ਸਮਝ ਆਵੇ ਪੰਜਾਬੀ, ਤਾਂ ਤੁਸੀਂ ਪੰਜਾਬੀ ਦਾ ਕੋਈ ਇਸ ਤਰ੍ਹਾਂ ਦਾ ਕਿੱਸਾ ਜਿਹੜਾ ਉਹ ਛੇੜਿਆ ਜਾਂਦਾ ਕਿ ਜਿਹੜਾ ਬਹੁਤ ਘੱਟ ਚਰਚਾ ਦੇ ਵਿੱਚ ਹੋਵੇ? ਕਿ ਇਸ ਇਵੈਂਟ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਸਭ ਕੁਝ ਹੋਏਗਾ? ਇਸ ਇਵੈਂਟ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ, ਔਰ ਇੱਕ ਹੋਰ ਕੀ ਹੋਏਗਾ ਕਿ ਅਸੀਂ ਜਿਹੜਾ ਡਾਂਸ ਰਾਊਂਡ ਹੈਗਾ ਵਾ, ਜਿਹੜਾ ਕਿ ਤੁਹਾਡਾ ਟੈਲੈਂਟ ਉਹ ਅਸੀਂ ਇਵੈਂਟ ਤੋਂ ਇੱਕ ਹਫ਼ਤਾ ਪਹਿਲਾਂ ਉਹਦਾ ਕੰਪੀਟੀਸ਼ਨ ਹੋਏਗਾ, ਤਾਂ ਜਿਹੜਾ ਤੁਹਾਡਾ, ਤਾਂ ਕਿ ਤੁਸੀਂ ਸਟ੍ਰੈਸਡ ਨਾ ਹੋ, ਮਤਲਬ ਕਿ ਤੁਸੀਂ ਉਸ ਦਿਨ ਤੁਹਾਡਾ ਬਿਊਟੀ ਪੇਜੈਂਟ ਹੈ ਸਟੇਜ 'ਤੇ, ਉਸੇ ਦਿਨ ਤੁਸੀਂ ਆਪਣੀ ਪੂਰੀ ਡਾਂਸ ਦੀ ਤਿਆਰੀ ਕਰਨੀ, ਉਸੇ ਦਿਨ ਨਹੀਂ ਉਸੇ ਦਿਨ ਉਹ ਇਸ ਥਰੂ ਆਈ ਫੀਲ ਕਿ ਸਟ੍ਰੈਸ ਬਹੁਤ ਗਲਤ ਚੀਜ਼ ਹੈ, ਤਾਂ ਮੈਂ ਚਾਹੁੰਦੀ ਸੀ ਕਿ ਅਨਨੈਸੈਸਰੀ ਪਾਰਟਿਸਿਪੈਂਟ ਸਟ੍ਰੈਸਡ ਹੋਣ, ਤਾਂ ਅਸੀਂ ਜਿਹੜਾ ਡਾਂਸ ਕੰਪੀਟੀਸ਼ਨ ਹੈਗਾ ਵਾ ਉਹ ਸਾਡਾ ਥੋੜ੍ਹੇ ਦਿਨ ਪਹਿਲਾਂ ਹੋਏਗਾ। ਓਕੇ, ਸਟ੍ਰੈਸ ਦੀ ਤੁਸੀਂ ਗੱਲ ਕੀਤੀ, ਆਲਰੇਡੀ ਇੰਨਾ ਸਾਰਾ ਟਾਈਮ ਸਾਰੇ ਜਾਣੇ ਘਰਾਂ ਦੇ ਵਿੱਚ ਬੰਦ ਰਹੇ ਨੇ, ਵਰਕ ਫਰੋਮ ਹੋਮ ਰਹੇ ਨੇ, ਆਲਰੇਡੀ ਇੱਕ ਚੇਂਜ ਜਿਹੜਾ ਉਹ ਚਾਹੀਦਾ, ਔਰ ਮੇਰੇ ਖਿਆਲ ਦੇ ਵਿੱਚ ਇਸ ਇਵੈਂਟ ਦੇ ਜ਼ਰੀਏ ਬਹੁਤ ਅੱਛਾ ਇੱਕ ਚੇਂਜ ਵੀ ਮਿਲੇਗਾ, ਔਰ ਇੱਕ ਇੱਕ ਓਪਨ ਸਟੇਜ ਮਿਲੇਗੀ ਸਭ ਨੂੰ ਪਾਰਟਿਸਿਪੇਟ ਕਰਨ ਦੇ ਲਈ। ਬਿਲਕੁਲ ਜੀ, ਬਿਲਕੁਲ, ਔਰ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਹਨੂੰ ਲੜਕੀਆਂ, ਹਾਂਜੀ, ਉਹ ਮਤਲਬ ਉਹਨਾਂ ਲਈ ਬੋਲਣਾ ਔਖਾ ਹੋ ਜਾਂਦਾ ਵਾ, ਘਰ ਦੇ ਵਿੱਚ ਵੀ ਉਹ ਖੁੱਲ ਕੇ ਬੋਲ ਨਹੀਂ ਸਕਦੀਆਂ। ਆਈ ਥਿੰਕ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਕੁੜੀਆਂ ਦੇ ਵਿੱਚ ਆਪਾਂ ਕੌਨਫੀਡੈਂਸ ਪਾਈਏ, ਤੇ ਇਹੋ ਜਿਹੇ ਇਵੈਂਟਸ ਹੋਣੇ, ਲੜਕੀਆਂ ਨੂੰ ਕਾਬਲੀਅਤ ਹੋਣੀ ਚਾਹੀਦੀ ਕਿ ਉਹ ਆਪਣਾ ਵਿਊ ਪੁਆਇੰਟ ਰੱਖ ਸਕਣ ਫੈਮਿਲੀ ਅੱਗੇ, ਔਰ ਸਟੇਜ ਤੇ ਲੋਕ ਆ ਗਏ ਆਪਣੇ ਸਕੂਲ ਵਿੱਚ, ਆਪਣੀ ਕੰਪਨੀ ਵਿੱਚ, ਬੋਰਡ ਰੂਮ ਵਿੱਚ, ਹਾਸਪਿਟਲ ਵਿੱਚ, ਦੇ ਸ਼ੁੱਡ ਬੀ ਏਬਲ ਟੂ ਸਪੀਕ ਅਪ, ਤਾਂ ਕਿ ਲੀਡਰਸ ਬਣ ਸਕਣ। ਐਬਸੋਲੂਟਲੀ, ਮੈਂ ਸੋਚਦੀ ਹਾਂ ਕਿ ਜੇ ਜ਼ਿਆਦਾ ਜ਼ਿਆਦਾ ਫੀਮੇਲ ਲੀਡਰਸ ਹੋਣ ਨਾ, ਦ ਵਰਲਡ ਵੁੱਡ ਬੀ ਬੈਟਰ ਪਲੇਸ ਓਵਰਆਲ। ਡੈਫੀਨੇਟਲੀ, ਔਰ ਐਕਸਕਿਊਜ਼ਸ ਦੀ ਜ਼ਿਆਦਾ ਜਗ੍ਹਾ ਵੀ ਨਹੀਂ ਹੋਏਗੀ, ਹੈ ਨਾ? ਓਕੇ, ਕਿਵੇਂ ਮੈਮ ਤੁਹਾਡੇ ਨਾਲ ਗੱਲਬਾਤ ਬਹੁਤ ਅੱਛਾ ਲੱਗ ਰਿਹਾ ਕਰਕੇ, ਬਟ ਆਪਾਂ ਨੂੰ ਥੋੜ੍ਹਾ ਜਿਹਾ ਪੌਜ਼ ਲੈਣਾ ਪੈਣਾ, ਥੋੜ੍ਹਾ ਜਿਹਾ ਬ੍ਰੇਕ ਇੱਕ ਲੈਣਾ ਪਏਗਾ, ਉਸ ਤੋਂ ਬਾਅਦ ਆਪਾਂ ਫਿਰ ਕੰਟੀਨਿਊ ਕਰਾਂਗੇ, ਠੀਕ ਹੈ ਜੀ? ਚਲੋ ਇੱਕ ਖਿੜੀ ਦੁਪਹਿਰ 'ਚ ਬ੍ਰੇਕ ਲੈਂਦੇ ਹਾਂ ਅਤੇ ਵਾਪਸ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਬ੍ਰੇਕ ਤੋਂ ਬਾਅਦ। ਇਨਫੈਕਟ ਮੈਂ ਵੇਟ ਕਰ ਰਹੀ ਸੀ ਕਿ ਬ੍ਰੇਕ ਕਦੋਂ ਖਤਮ ਹੋਵੇ ਤੇ ਮੈਂ ਬਿੰਦਰ ਹੋਟਲ ਨਾਲ ਹੋਰ ਗੱਲਾਂ ਕਰਾਂ। ਆਲਰਾਈਟ, ਮੈਂ ਆਲਰੇਡੀ ਦੇਖ ਰਹੀ ਹਾਂ ਕਿ ਸ਼ੋਅ ਦੇ ਵਿੱਚ ਇਨ ਮੈਂ ਕਰਨਾ ਸੀ, ਵੈਲਕਮ ਬੈਕ ਮੈਮ ਨੇ ਕਰ ਦਿੱਤਾ। ਇਟ ਸੀਮਸ ਲਾਈਕ ਯੂ ਆਰ ਵੈਰੀ ਐਕਸਾਈਟਿਡ। ਆਲਰਾਈਟ, ਓਕੇ। ਅੱਛਾ ਮੈਮ, ਜਦੋਂ ਆਪਾਂ ਗੱਲ ਕਰਦੇ ਕਿ ਰਜਿਸਟ੍ਰੇਸ਼ਨ ਕਰਵਾਉਣੀ ਹੈ, ਥੋੜ੍ਹੀ ਇਨਫੋਰਮੇਸ਼ਨ ਹੋਰ ਚਾਹੀਦੀ ਹੈ, ਕਿਮੀ ਵਰਮਾ ਜੀ ਦੇ ਨਾਲ ਟੀ ਵੀ 'ਤੇ ਗੱਲਾਂ ਬਾਤਾਂ ਹੋ ਗਈਆਂ, ਪਰ ਉਹਨਾਂ ਤੱਕ ਪਹੁੰਚਿਆ ਕਿਵੇਂ ਜਾਵੇ? ਇਹ ਹੁਣ ਤੁਹਾਡੇ ਤੱਕ ਪਹੁੰਚਣ ਦਾ ਜਿਹੜਾ ਰਸਤਾ ਆ, ਜਿਹੜੇ ਸਾਡੇ ਪਾਰਟਿਸਪੈਂਟਸ ਨੇ ਉਹਨਾਂ ਦੇ ਲਈ ਕੀ ਰਸਤਾ ਹੈਗਾ ਆ? ਰਸਤਾ ਬਿਲਕੁਲ ਸਿੰਪਲ ਹੈਗਾ, ਅੱਜ ਕੱਲ੍ਹ ਦੀ ਜ਼ਿੰਦਗੀ ਐਸੀ, ਸਭ ਕੁਛ ਸਿੰਪਲ ਸਟ੍ਰੇਟ ਹੋਣਾ ਚਾਹੀਦਾ। ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ, ਅਤੇ ਆਈ ਥਿੰਕ ਸਕਰੀਨ 'ਤੇ ਉਹ ਨੰਬਰ ਵੀ ਹੋਏਗਾ,
ਜਿੱਥੇ ਤੁਸੀਂ WhatsApp ਕਰ ਸਕਦੇ ਹੋ, ਸਾਨੂੰ ਮੈਸੇਜ ਕਰੋ, ਸਾਨੂੰ ਈਮੇਲ ਕਰੋ ਐਂਡ ਸਾਨੂੰ ਫੋਨ ਕਰੋ ਜਦੋਂ ਮਰਜ਼ੀ, ਐਨੀ ਟਾਈਮ। ਓਕੇ, ਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਤੁਹਾਡੇ ਜਿਹੜਾ ਤੁਸੀਂ ਨੰਬਰ ਸਕਰੀਨ ਤੇ ਦਿੱਤਾ ਹੋਇਆ, ਵੈਬਸਾਈਟ ਦਿੱਤੀ ਹੋਈ ਆ, ਇਵਨ ਈਮੇਲ ਆਈਡੀ ਹੈਗੀ ਹੈ, ਜਿਹੜਾ ਨੰਬਰ ਹੈ ਇਹ WhatsApp ਤੇ ਹੈ, ਇਸ WhatsApp ਤੇ ਤੁਹਾਨੂੰ ਕਾਲ ਕੀਤੀ ਜਾਏ ਜਾਂ ਮੈਸੇਜ ਕੀਤਾ ਜਾਏ? ਮੈਸੇਜ ਕੀਤਾ ਜਾਏ, ਆਈ ਥਿੰਕ ਮੈਸੇਜ ਇਜ਼ ਮਚ ਬੈਟਰ, ਕਿਉਂਕਿ ਮੈਸੇਜ। ਔਰ ਜਿਹੜੀ ਵੀਡੀਓ ਤੁਹਾਨੂੰ ਭੇਜਣੀ ਹੈ, ਪ੍ਰੋਫਾਈਲ ਵਗੈਰਾ ਜੋ ਵੀ ਸੈਂਡ ਕਰਨਾ, ਇਸੇ ਨੰਬਰ ਤੇ ਭੇਜੀ ਜਾਏ? ਤਿਆਰੀ ਦੇ ਲਈ ਸਾਡੇ ਕੋਲ ਕਿੰਨਾ ਕੁ ਟਾਈਮ ਹੈਗਾ ਆ? ਦੇਖੋ, ਆਪਣਾ ਪੇਜੈਂਟ ਹੋਏਗਾ ਅਕਤੂਬਰ 16th ਨੂੰ, ਮਤਲਬ 16 ਅਕਤੂਬਰ ਨੂੰ, ਤਾਂ ਤੁਹਾਡੇ ਕੋਲ ਕਾਫੀ ਮਹੀਨੇ ਨੇ, ਮੈਨੀ ਵੀਕਸ, ਔਰ ਫਿਰ ਪੇਜੈਂਟ ਤੋਂ 6 ਹਫ਼ਤੇ ਪਹਿਲਾਂ ਅਸੀਂ ਤੁਹਾਨੂੰ ਬਿਲਕੁਲ 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 ਤਿਆਰ ਕਰਾਂਗੇ ਤੁਹਾਨੂੰ ਸਾਰੀ ਚੀਜ਼ਾਂ ਦੀ, ਜਿਵੇਂ ਮੈਂ ਕਿਹਾ, ਟ੍ਰੇਨਿੰਗ ਦਿੱਤੀ ਜਾਏਗੀ, ਵਰਕਸ਼ਾਪਸ ਹੋਣਗੀਆਂ, ਮਤਲਬ ਯੂ ਵਿਲ ਬੀ ਸੱਚ ਅ ਮਿਸ ਜਿਹੜੀਆਂ ਨੇ ਉਹ ਸਾਰੀਆਂ ਜਸਟ ਮਿਸ ਦੇ ਨਾਲ ਕੰਪੀਟ ਕਰਨਗੀਆਂ, ਜਿਹੜੀਆਂ ਮਿਸਿਸ ਨੇ ਉਹ ਸਾਰੀਆਂ ਮਿਸਿਸ ਦੇ ਨਾਲ, ਤੇ ਜਿਹੜਾ ਤੀਜਾ ਸਾਡਾ ਟਾਈਟਲ ਹੈਗਾ ਗ੍ਰੇਸ ਆਫ ਪੰਜਾਬ, ਉਹ ਹੈਗਾ ਸਾਡੀਆਂ ਸਾਰੀਆਂ ਮੋਸਟ ਰਿਸਪੈਕਟਡ ਬੀਬੀਆਂ ਲਈ, ਜਿਹੜੀਆਂ ਕਿ 65 ਤੋਂ ਉੱਪਰ ਨੇ। ਉਹ ਇਨਫੈਕਟ ਮੈਨੂੰ ਕਾਫੀ, ਸਾਨੂੰ ਨਾ 3-4 ਆਲਰੇਡੀ ਐਪਲੀਕੇਸ਼ਨ ਆਈਆਂ ਹੋਈਆਂ ਨੇ ਜਿਹੜੀਆਂ ਕਿ 72-74, ਸੋ ਆਈ ਰੀਅਲੀ ਅਪਰੀਸ਼ੀਏਟ ਇਟ, ਮਤਲਬ ਬਹੁਤ ਸੋਹਣਾ ਲੱਗਦਾ ਦੇਖ ਕੇ ਕਿ ਸਾਰਿਆਂ 'ਚ ਇੰਨਾ ਜੋਸ਼ ਹੈਗਾ ਪਾਰਟੀਸੀਪੇਟ ਕਰਨ ਲਈ, ਤੇ ਅਸੀਂ ਬਿਲਕੁਲ ਆਨਰ ਕਰਨਾ ਚਾਹੁੰਦੇ ਹਾਂ, ਤੇ ਜਿਹੜਾ 65 ਤੋਂ ਉੱਪਰ ਨੇ ਉਹ ਸਾਰਿਆਂ 65 ਤੋਂ ਉੱਪਰ ਹੀ ਕੰਪੀਟ ਕਰਨਗੀਆਂ, ਸੋ ਦੈਟ ਇਜ਼ ਗ੍ਰੇਸ ਆਫ ਪੰਜਾਬ ਇਹ ਅਵਾਰਡ। ਵਾਓ ਮੈਮ, ਇਹ ਵਾਕਈ ਕਾਬਲੇ ਤਾਰੀਫ ਕਦਮ ਹੈਗਾ, ਬਿਕੋਜ਼ ਡੈਫੀਨੇਟਲੀ ਜਦੋਂ ਕੰਪੀਟੀਸ਼ਨਸ ਦੀ ਗੱਲ ਆਉਂਦੀ ਹੈ ਨਾ, ਤਾਂ ਸਾਨੂੰ ਇਹ ਲੱਗਦਾ ਕਿ ਚਲੋ ਠੀਕ ਹੈ, ਮਿਸਿਸ ਵਾਲੇ ਕੰਪੀਟੀਸ਼ਨ ਦੇ ਵਿੱਚ ਵੀ 40-45 ਦੀ ਏਜ ਤੱਕ ਅਸੀਂ ਜਾ ਸਕਦੇ ਹਾਂ, ਬਟ ਉਸ ਤੋਂ ਉੱਪਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਇਫਸ ਐਂਡ ਬਟਸ ਹੁੰਦੇ ਨੇ ਸਾਡੇ ਮਾਈਂਡ ਦੇ ਵਿੱਚ ਕਿ ਹਾਂ ਮੇਰੀ ਤਾਂ ਉਮਰ ਹੋ ਗਈ। ਔਰ ਵੈਸੇ ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਇੰਡੀਅਨ ਵਿਮੈਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਇਹ ਜਿਹੜੀ ਗੱਲ ਆ ਇਹ ਜ਼ਿਆਦਾ ਸੁਣਨ ਨੂੰ, ਦੇਖਣ ਨੂੰ ਮਿਲ ਜਾਂਦੀ। ਸਾਨੂੰ ਐਂ ਲੱਗਦਾ ਕਿ ਹੁਣ ਤਾਂ ਅਸੀਂ ਸਾਦੇ ਜਿਹੇ ਕੱਪੜੇ ਪਾਉਣੇ ਆ, ਸਾਦਾ ਜਿਹਾ ਬਣ ਕੇ ਰਹਿਣਾ, ਤੇ ਬਸ ਇੱਥੇ ਜ਼ਿੰਦਗੀ ਖਤਮ। ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਯੂ ਨੋ, ਮੈਂ ਵੀ ਸੋਚਦੀ ਹਾਂ ਕਿ ਸਾਰੀਆਂ ਆਪਣੀਆਂ ਜਿਹੜੀਆਂ ਦਾਦੀਆਂ ਨੇ, ਨਾਨੀਆਂ ਨੇ, ਇਹਨਾਂ ਨੇ ਕਿੰਨਾ ਹਾਰਡ ਵਰਕ ਕੀਤਾ, ਕਿੰਨਾ ਹਾਰਡ ਵਰਕ ਜੀ, ਪਰ ਲਾਈਫ ਬਹੁਤ ਘੱਟ ਇੰਜੋਏ ਕੀਤੀ ਆ। ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਲਈ ਤਾਂ ਪਾਰਟੀਜ਼ ਨੇ, ਬਾਹਰ ਜਾ ਸਕਦੇ ਆ, ਆਹ ਕਰ ਸਕਦੇ ਆ, ਉਹ ਕਰ ਸਕਦੇ ਆ, ਪਰ ਉਹਨਾਂ ਲਈ ਤਾਂ ਐਸ ਸੱਚ ਕੁਛ ਵੀ ਨਹੀਂ ਸੀ, ਉਹ ਤਾਂ ਕੰਮ ਹੀ ਕਰਦੀਆਂ ਰਹਿੰਦੀਆਂ ਸੀ, ਰਾਈਟ ਜੀ ਜੀ। ਉਹਨਾਂ ਦੀ ਰੈਕਗਨੀਸ਼ਨ ਬਹੁਤ ਬਹੁਤ ਇੰਪੋਰਟੈਂਟ ਹੈ, ਸੋ ਆਈ ਵਾਸ ਲਾਈਕ ਆਈ ਐਮ ਨਾਟ ਗੋਨਾ ਲੀਵ ਦਮ ਬਿਹਾਈਂਡ, ਦੇ ਹੈਵ ਟੂ ਬੀ ਪਾਰਟ ਆਫ ਇਟ, ਕਿਉਂਕਿ ਜਦੋਂ ਉਹਨਾਂ ਦੇ ਚਿਹਰੇ ਤੇ ਤੁਸੀਂ ਵੀ ਤਾਂ ਦੇਖਿਆ ਹੋਣਾ ਕਿੰਨਾ ਬਹੁਤ ਹੋਵੇ, ਕਿੰਨੇ ਜੋਸ਼ ਨਾਲ ਗਿੱਧਾ ਵਾਰੀਅਰ, ਇਟਸ ਅਮੇਜ਼ਿੰਗ। ਬਿਲਕੁਲ, ਔਰ ਸਾਡੇ ਜਦੋਂ ਘਰਾਂ ਦੇ ਵਿੱਚ ਵਿਆਹ ਦਾ ਮਾਹੌਲ ਹੁੰਦਾ ਨਾ, ਉਹ ਜਿਹੜਾ ਜੋਸ਼ ਹੈ ਮੈਮ, ਸਿਰਫ ਉੱਥੇ ਹੀ ਉਹ ਚੁੰਨੀਆਂ ਸਿਰ ਤੇ ਲੈ ਕੇ ਦੇਖਣ ਨੂੰ ਮਿਲਦਾ, ਅਦਰਵਾਈਜ਼ ਉਹ ਜੋਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੀ ਨਹੀਂ। ਐਗਜ਼ੈਕਟਲੀ, ਤਾਂ ਉਹ ਜੋਸ਼ ਮੈਂ ਪੇਜੈਂਟ ਦੇ ਵਿੱਚ ਵੀ ਲਿਆਉਣਾ ਚਾਹੁੰਦੀ ਹਾਂ। ਜੀ, ਔਰ ਇਹ ਵਾਕਈ ਬਹੁਤ ਅੱਛਾ ਐਫਰਟ ਹੈ ਤੁਹਾਡੇ ਵੱਲੋਂ, ਖਾਸ ਤੌਰ 'ਤੇ ਕਿਉਂਕਿ ਹਮੇਸ਼ਾ ਅਸੀਂ ਕੋਈ ਨਾ ਕੋਈ ਲੀਡਰ ਲੱਭਦੇ ਹਾਂ ਜਿਹੜਾ ਸਾਨੂੰ ਅੱਗੇ ਤੱਕ ਲੈ ਕੇ ਜਾਵੇ। ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਡੈਫੀਨੇਟਲੀ ਤਾਂ ਹੀ ਹੋ ਸਕਦੀ ਜੇਕਰ ਸਾਡੇ ਕੋਲ ਕੋਈ ਇਹੋ ਜਿਹੀ ਬਾਂਹ ਹੈਗੀ ਜਿਹਨੂੰ ਫੜ ਕੇ ਅਸੀਂ ਅੱਗੇ ਜਾ ਸਕਦੇ ਹਾਂ। ਸੋ ਜਸ ਪੰਜਾਬੀ ਵੱਲੋਂ ਵੀ ਵੀ ਆਰ ਰੀਅਲੀ ਥੈਂਕਫੁਲ ਟੂ ਯੂ ਕਿ ਤੁਸੀਂ ਇੱਕ ਇੰਨਾ ਅੱਛਾ ਐਫਰਟ ਜਿਹੜਾ ਆ ਉਹ ਕਰ ਰਹੇ ਹੋ, ਔਰ ਖਾਸ ਤੌਰ 'ਤੇ ਪੰਜਾਬੀਆਂ ਦੇ ਲਈ, ਪੰਜਾਬਣਾਂ ਦੇ ਲਈ ਕਰ ਰਹੇ ਹੋ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ, ਤੁਸੀਂ ਸਾਡੇ ਨਾਲ ਹੋ, ਇਸ ਇਵੈਂਟ ਦੇ ਵਿੱਚ ਆਪਾਂ ਰਲ ਮਿਲ ਕੇ ਕਰ ਰਹੇ ਹਾਂ। ਔਰ ਡੈਫੀਨੇਟਲੀ ਸਾਰੇ ਹੀ ਜਿਹੜੇ ਵਿਊਅਰਸ ਨੇ ਇਸ ਟਾਈਮ ਜਸਟ ਪੰਜਾਬੀ ਦੇ, ਜਸਟ ਟੀਵੀ ਦੇ, ਜੋ ਕਿ ਇਸ ਸ਼ੋਅ ਨੂੰ ਦੇਖ ਰਹੇ ਨੇ, ਤੁਸੀਂ ਸਾਰੇ ਜਣੇ ਆਪਣੀਆਂ ਜਿਹੜੀਆਂ ਤਿਆਰੀਆਂ ਆ ਉਹ ਪੂਰੀ ਤਰ੍ਹਾਂ ਖਿੱਚ ਲਓ, ਬਿਕੋਜ਼ 16 ਅਕਤੂਬਰ, ਵੈਸੇ ਮੈਮ ਨੇ ਭਾਵੇਂ ਕਹਿ ਹੀ ਦਿੱਤਾ ਕਿ ਬਹੁਤ ਸਾਰੇ ਮਹੀਨੇ ਨੇ, ਪਰ ਜਦੋਂ ਆਪਾਂ ਕੁਛ ਐਵੇਂ ਦਾ ਪਲਾਨ ਕਰਦੇ ਫਿਰ ਐਂ ਲੱਗਦਾ ਕਿ ਟਾਈਮ ਭੱਜਾ ਜਾ ਰਿਹਾ ਹੈ। ਜੀ, ਅੱਛਾ, ਜੇਕਰ ਪਾਰਟੀਸਪੈਂਟਸ ਤੋਂ ਇਲਾਵਾ ਕੋਈ ਹੋਰ ਤੁਹਾਡੇ ਨਾਲ, ਜਿਵੇਂ ਫਾਈਨੈਂਸ਼ੀਅਲ ਹੈਲਪ ਡੈਫੀਨੇਟਲੀ ਇਸ ਤਰ੍ਹਾਂ ਦੇ ਇਵੈਂਟ ਦੇ ਵਿੱਚ ਆਪਾਂ ਨੂੰ ਚਾਹੀਦੀ ਹੁੰਦੀ ਹੈ, ਕੋਈ ਸਪੋਂਸਰਸ਼ਿਪ ਦੇ ਲਈ ਜੁੜਨਾ ਚਾਹੁੰਦਾ ਆ, ਤੇ ਉਹਨਾਂ ਦੇ ਲਈ ਕੀ ਕ੍ਰਾਈਟੀਰੀਆ ਹੈਗਾ ਆ? ਉਹਨਾਂ ਲਈ ਵੀ ਸਾਡੇ ਕੋਲੇ
ਡਿਫਰੈਂਟ ਤਰ੍ਹਾਂ ਦੇ ਸਪੌਂਸਰਸ਼ਿਪ ਪੈਕੇਜਸ ਨੇ ਤੇ ਐਡਵਰਟਾਈਜ਼ਿੰਗ ਪੈਕੇਜਸ ਨੇ ਕਿਉਂਕਿ ਇਹ ਪ੍ਰੋਗਰਾਮ ਸਾਰੇ ਕਿਤੇ ਟੈਲੀਕਾਸਟ ਹੋਏਗਾ ਨੈਚੁਰਲੀ ਔਰ ਬਹੁਤ ਸੋਹਣੀ ਸਟੇਜ ਹੋਏਗੀ ਸਭ ਕੁਛ ਹੋਏਗਾ ਤਾਂ ਐਡਵਰਟਾਈਜ਼ਿੰਗ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਪੌਂਸਰਸ਼ਿਪ ਲਈ ਵੀ ਕੰਟੈਕਟ ਕਰ ਸਕਦੇ ਹੋ ਪਰ ਉਹੀ ਉਹ ਜਿਹੜਾ ਨੰਬਰ ਹੈਗਾ ਉੱਥੇ ਸਾਨੂੰ ਵਟਸਐਪ ਕਰ ਲਓ ਸਿੱਧਾ ਕਹਿ ਦੋ ਕਿ ਜੀ ਆਹ ਕਰਨਾ ਚਾਹੁੰਦਾ ਮੈਂ ਜੋ ਵੀ ਤੁਹਾਡਾ ਮਨ ਹੈਗਾ ਐਂਡ ਵੀ ਕੈਨ ਵਰਕ ਸਮਥਿੰਗ ਆਊਟ ਬਿਲਕੁਲ ਔਰ ਇਸ ਨੰਬਰ ਤੇ ਤੁਹਾਡੇ ਲਈ ਕੀ ਮੈਸੇਜ ਜਿਹੜਾ ਹੈ ਉਹ ਛੱਡਿਆ ਜਾਏ ਸਪੌਂਸਰਸ ਵੱਲੋਂ ਉਹ ਸਿੱਧਾ ਕਹਿਣਾ ਕਿ ਅਸੀਂ ਸਪੌਂਸਰਸ਼ਿਪਸ ਇੰਟਰਸਟਿਡ ਆ ਜੀ ਤੇ ਅਸੀਂ ਫਿਰ ਉਹਨਾਂ ਨੂੰ ਸਪੌਂਸਰਸ਼ਿਪ ਪੈਕੇਜਸ ਭੇਜ ਦਾਂਗੇ ਤੇ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਸੈੱਟ ਬੈਠਦਾ ਵੀ ਕਿਨ ਪਿਕਤਾ ਓਕੇ ਜੀ ਚਲੋ ਠੀਕ ਹੈ ਮੈਮ ਆਪਾਂ ਇੱਕ ਕਾਲ ਲੈ ਲੈਨੇ ਆ ਬਾਕੀ ਦੀ ਗੱਲਬਾਤ ਕੰਟੀਨਿਊ ਕਰਦੇ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵਿੰਦਾ ਜੀ ਸਤਿ ਸ਼੍ਰੀ ਅਕਾਲ ਕਿਮੀ ਵਰਮਾ ਜੀ ਜੀ ਸਤਿ ਸ਼੍ਰੀ ਅਕਾਲ ਮੈਮ ਬਹੁਤ ਅੱਛਾ ਲੱਗ ਰਿਹਾ ਮੈਂ ਇਹਨਾਂ ਦੀਆਂ ਗੱਲਾਂ ਸੁਣਦੇ ਆ ਜੀ ਬਹੁਤ ਐਫਰਟ ਕਰ ਰਿਹਾ ਸਾਰਿਆਂ ਵਾਸਤੇ ਨਾਟ ਇਵਨ ਯੰਗ ਜਨਰੇਸ਼ਨ ਵਾਸਤੇ ਇਵਨ ਓਲਡਰ ਵਾਲੇ ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਆਪਣੇ ਟਾਈਮ ਤੇ ਉਹਨਾਂ ਨੇ ਕਦੀ ਇੰਜੋਏ ਨਹੀਂ ਸੀ ਕੀਤਾ ਜੀ ਤੇ ਹੁਣ ਆਪਣੇ ਇੰਜੋਏ ਕਰਨਗੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਿੰਨਾ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਆ ਜੀ ਕਿਆ ਬਾਤ ਅਸੀਂ ਦੇਖਾਂਗੇ ਦਿਖਾਣਗੇ ਵੀ ਅਸੀਂ ਪ੍ਰੋਗਰਾਮ ਦੇਖਾਂਗੇ ਦਿਖਾਣਗੇ ਤਾਂ ਅਰੇ ਸਿਰਫ ਤੁਸੀਂ ਦਵਿੰਦਰ ਮੈਮ ਤੁਸੀਂ ਤੁਸੀਂ ਸਿਰਫ ਦੇਖੋਗੇ ਤੁਸੀਂ ਪਾਰਟਿਸਿਪੇਟ ਨਹੀਂ ਕਰਨਾ ਚਾਹੋਗੇ ਨਹੀਂ ਬੇਟਾ ਪਾਰਟਿਸਿਪੇਟ ਤੁਹਾਨੂੰ ਪਤਾ ਮੇਰਾ ਹਲੇ ਉਹਨੇ ਆਪਰੇਸ਼ਨ ਹੋਇਆ ਥੋੜੀ ਦੇਰ ਗੋਡੇ ਦਾ ਓਕੇ ਉਹਦਾ ਹਲੇ ਮੁਸ਼ਕਿਲ ਆ ਹਨਾ ਜੀ ਓਕੇ ਨੋ ਪ੍ਰੋਬਲਮ ਹੈ ਕੋਈ ਨਹੀਂ ਆਪਾਂ ਆਪਣੀਆਂ ਭੈਣਾਂ ਨੂੰ ਬੀਬੀਆਂ ਨੂੰ ਦੇਖਾਂਗੇ ਆਪਾਂ ਉਹਨੂੰ ਦੇਖ ਕੇ ਆਪਾਂ ਹੋਰ ਇਨਸਪਾਇਰ ਹੋਵਾਂਗੇ ਹਾਂ ਫਿਰ ਨੈਕਸਟ ਈਅਰ ਅਸੀਂ ਤੁਹਾਨੂੰ ਜ਼ਰੂਰ ਦੇਖਾਂਗੇ ਆਈ ਹੋਪ ਫੋਰ ਯੋਰ ਗੋਡਾ ਜੀ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਕਿਮੀ ਜੀ ਨਾਲ ਗੱਲ ਕਰਕੇ ਬਹੁਤ ਸੋਹਣੀ ਗੱਲ ਕਰਦੇ ਆ ਦਵਿੰਦਰ ਮੈਮ ਕਿਮੀ ਜੀ ਤੁਹਾਨੂੰ ਕੁਝ ਕਹਿਣਾ ਚਾਹ ਰਹੇ ਨੇ ਮੈਂ ਕਹਿ ਰਹੀ ਹਾਂ ਕਿ ਆਈ ਹੋਪ ਕਿ ਤੁਹਾਡਾ ਗੋਡਾ ਛੇਤੀ ਠੀਕ ਹੋ ਜਾਵੇ ਤੁਸੀਂ ਇਸ ਸਾਲ ਸਾਰਿਆਂ ਨੂੰ ਹੱਲਾ ਸ਼ੇਰੀ ਦਿਓ ਤੇ ਅਗਲੇ ਸਾਲ ਮੇਰੇ ਨਾਲ ਪਾਰਟਿਸਿਪੇਟ ਕਰੋ ਦੁਬਾਰਾ ਜਲਦੀ ਠੀਕ ਹੋਵੇ ਇਸ ਸਾਲ ਤੁਸੀਂ ਹੱਲਾ ਸ਼ੇਰੀ ਦੋ ਤੇ ਅਗਲੇ ਸਾਲ ਤੁਸੀਂ ਉਹਨਾਂ ਨਾਲ ਪਾਰਟਿਸਿਪੇਟ ਕਰੇ ਆ ਜੀ ਜਰੂਰ ਕਰਾਂਗੇ ਥੈਂਕ ਯੂ ਸੋ ਮਚ ਤੁਹਾਡਾ ਜੀ ਤੁਸੀਂ ਹੋਰ ਵੀ ਸਮਾਂ ਕੇ ਸਾਰਿਆਂ ਨੂੰ ਇਸ ਤਰ੍ਹਾਂ ਇਨਸਪਾਇਰ ਕਰਦੇ ਹੋ ਬੜਾ ਚੰਗਾ ਲੱਗ ਰਿਹਾ ਸੱਚੀ ਜੀ ਥੈਂਕ ਯੂ ਸੋ ਮਚ ਦਵਿੰਦਰ ਮੈਮ ਇੰਨੇ ਪਿਆਰ ਤੇ ਦੁਆਵਾਂ ਲਈ ਥੈਂਕ ਯੂ ਓਕੇ ਅਕੀਮੀ ਮੈਮ ਤੁਸੀਂ ਦੇਖ ਰਹੇ ਹੋ ਕਿ ਆਪਣੇ ਜਿਹੜੇ ਡੈਫੀਨੇਟਲੀ ਵਿਊਅਰਸ ਨੇ ਦੇ ਆਰ ਆਲਰੇਡੀ ਵੈਰੀ ਐਕਸਾਈਟਿਡ ਅਬਾਊਟ ਇਟ ਹੈ ਨਾ ਔਰ 16 ਅਕਤੂਬਰ ਇਹ ਜਿਹੜਾ ਇਵੈਂਟ ਆ ਇਹਦੇ ਆਡੀਸ਼ਨਸ ਜਿਹੜੇ ਨੇ ਤੁਹਾਨੂੰ ਔਨਲਾਈਨ ਹੀ ਭੇਜੇ ਜਾਣ ਜਾਂ ਪ੍ਰੈਕਟੀਕਲੀ ਫਿਜ਼ੀਕਲੀ ਵੀ ਕਿਤੇ ਇਹਦੇ ਆਡੀਸ਼ਨਸ ਜਿਹੜੇ ਨੇ ਉਹ ਰੱਖੇ ਜਾਣਗੇ ਇਹਦੇ ਔਨਲਾਈਨ ਹੀ ਹੋਣਗੇ ਆਡੀਸ਼ਨਸ ਕਾਈਂਡ ਆਫ ਯੂ ਨੋ ਤੋਂ ਹੀ ਕਹਿੰਦੀ ਵੀਡੀਓ ਬਣਾ ਕੇ ਅਸੀਂ ਕਵਾਂਗੇ ਲੋਕਾਂ ਨੂੰ ਕਿ ਵੀਡੀਓ ਬਣਾ ਕੇ ਭੇਜੋ ਸਾਨੂੰ ਤੇ ਜੇ ਉਹ ਵੀਡੀਓ ਨਹੀਂ ਬਣਾ ਸਕਦੇ ਤਾਂ ਜਸ ਪੰਜਾਬੀ ਦੀ ਜਿਹੜੀ ਟੀਮ ਹੈਗੀ ਹੈ ਇੱਥੇ ਉਹ ਹੈਪੀਲੀ ਦੇ ਵਿਲ ਗੋ ਐਂਡ ਹੈਲਪ ਦਮ ਜੀ ਬਿਲਕੁਲ ਇਵਨ ਜੱਗੀ ਜੀ ਵੀ ਇਸ ਇਵੈਂਟ ਦੇ ਵਿੱਚ ਬਰਾਬਰ ਦਾ ਜਿਹੜਾ ਯੋਗਦਾਨ ਆ ਉਹ ਪਾ ਰਹੇ ਨੇ ਤੁਸੀਂ ਉਹਨਾਂ ਦੇ ਜਿਹੜੇ ਮੇਲ ਆਈ ਡੀ ਉਹਨਾਂ 'ਤੇ ਵੀ ਆਪਣਾ ਜਿਹੜਾ ਡਾਟਾ ਆ ਉਹ ਭੇਜ ਸਕਦੇ ਹੋ ਇਵਨ ਜਸ ਪੰਜਾਬੀ ਦੀ ਜਿਹੜੀ ਔਫੀਸ਼ੀਅਲ ਵੈਬਸਾਈਟ ਆ info@justbroadcasting.com ਉਹਦੇ 'ਤੇ ਵੀ ਭੇਜ ਸਕਦੇ ਹੋ ਜਿਹੜੇ ਸਟੂਡੀਓਜ਼ ਹੈਗੇ ਨੇ ਜਸ ਪੰਜਾਬੀ ਦੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਤੁਹਾਡੇ ਜਿਹੜੇ ਆਡੀਸ਼ਨਸ ਨੇ ਉੱਥੇ ਰਿਕਾਰਡ ਕੀਤੇ ਜਾ ਸਕਦੇ ਆ ਐਂਡ ਇਸ ਤੋਂ ਇਲਾਵਾ ਮੈਮ ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਇਹ ਜਿਹੜਾ ਇਵੈਂਟ ਇਸ ਵਾਰ ਤੁਸੀਂ ਲੈ ਕੇ ਆਇਓ ਇਹ ਤੁਹਾਡਾ ਪਹਿਲਾ ਇਵੈਂਟ ਹੈ ਔਰ ਫਿਊਚਰ ਦੇ ਵਿੱਚ ਜੇ ਸਾਡੀਆਂ ਪੰਜਾਬਣਾਂ ਜਿਹੜੀਆਂ ਸਾਡੀਆਂ ਤੁਸੀਂ ਬੀਬੀਆਂ ਦਾ ਜ਼ਿਕਰ ਕੀਤਾ ਗ੍ਰੇਸ ਆਫ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਉਹ ਫਿਊਚਰ ਦੇ ਵਿੱਚ ਐਕਸਪੈਕਟ ਕਰਨ ਕਿ ਕਿਮੀ ਵਰਮਾ ਸਾਡੇ ਲਈ ਹਰ ਸਾਲ ਕੁਛ ਨਾ ਕੁਛ ਇਸ ਤਰ੍ਹਾਂ ਦਾ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਜੀ ਔਰ ਮੈਂ ਆਫਕੋਰਸ ਪਹਿਲਾ ਤੁਹਾਡਾ ਕੁਐਸਚਨ ਸੀਗਾ ਕਿ ਪਹਿਲਾ ਇਵੈਂਟ ਹੈਗਾ ਮੈਂ ਇੱਥੇ ਨਾ ਇੰਟਰਨੈਸ਼ਨਲ ਪੈਜੈਂਟਸ ਨਾਲ ਇਨਵੋਲਵ ਰਹੀ ਹਾਂ ਤਾਂ ਮੈਨੂੰ ਲੱਗੀ ਕਿ ਮੈਂ ਇੰਨੇ ਇੰਟਰਨੈਸ਼ਨਲ ਪੈਜੈਂਟਸ ਕਰਦੀ ਹਾਂ ਅਮੈਰੀਕਨ ਪੈਜੈਂਟਸ ਵਗੈਰਾ 'ਚ ਮੈਂ ਕਾਫੀ ਇਨਵੋਲਵ ਹਾਂ ਤਾਂ ਮੇਰੀ ਰੂਟ ਤਾਂ ਪੰਜਾਬੀ ਹੈ ਤਾਂ ਮੈਂ ਪੰਜਾਬੀ ਵਾਲੀ ਪੈਜੈਂਟ ਡੈਫੀਨੇਟਲੀ ਕਰਨਾ ਬਿਕੋਜ਼ ਆਈਵ ਸੀਨ ਹਾਓ ਨਾਈਸ ਇਟ ਇਜ਼ ਐਂਡ ਲੇਡੀਜ਼ ਨੂੰ ਐਕਸਪੋਜਰ ਔਰ ਰੈਕਗਨੀਸ਼ਨ ਹੋਣੀ ਚਾਹੀਦੀ ਹੈ ਤਾਂ ਪੰਜਾਬੀ ਕਰ ਰਹੀ ਐਂਡ ਹਰ ਸਾਲ ਜਿੱਦਾਂ ਤੁਸੀਂ ਬੀਬੀਆਂ ਹਰ ਸਾਲ ਆਪਾਂ ਇੱਕ ਵਾਰੀ ਕਰਕੇ ਏਦਾਂ ਥੋੜਾ ਸਾਥ ਛੱਡ ਦੇਣਾ ਹਮੇਸ਼ਾ ਹਰ ਸਾਲ ਕਰਦੇ ਰਹਿਣਾ ਜੀ ਓਕੇ ਮੈਮ ਇੱਕ ਮੈਂ ਤੁਹਾਡੇ ਕੋਲੋਂ ਐਕਚੁਅਲ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੇਡੀਜ਼ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਹੁੰਦਾ ਹੈ ਬਟ ਇੱਕ ਹੈਲਦੀ ਲਾਈਫ ਸਟਾਈਲ ਦੇ ਲਈ ਕੀ ਮੈਸੇਜ ਤੁਸੀਂ ਸਾਡੀਆਂ ਗ੍ਰੇਸ ਆਫ ਪੰਜਾਬ ਨੂੰ ਦੇਣਾ ਚਾਹੋਗੇ ਸਾਡੀਆਂ ਮਿਸ ਐਂਡ ਮਿਸਿਸ ਪੰਜਾਬਨ USA ਜਿਹੜੀਆਂ ਹੋਣ ਵਾਲੀਆਂ ਲੇਡੀਜ਼ ਨੇ ਉਹਨਾਂ ਨੂੰ ਦੇਣਾ ਚਾਹੋਗੇ ਜ਼ਰੂਰ ਜਾਣਨਾ ਚਾਹੂੰਗੀ ਇੱਕ ਤਾਂ ਡੈਫੀਨੇਟਲੀ ਮੈਂ ਕਹਿਣਾ ਚਾਹੂੰਗੀ ਕਿ
ਤੁਸੀਂ ਫ੍ਰੀਲੀ ਆਪਣੇ ਮਾਈਂਡ ਨੂੰ ਫ੍ਰੀਲੀ ਜੀਣ ਲਈ ਯੂਜ਼ ਟੂ ਕਰੋ। ਉਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਐਜ਼ ਅ ਫੀਮੇਲ ਦੂਜੀਆਂ ਫੀਮੇਲਸ ਨੂੰ ਇਨਕਰੇਜ ਕਰੋ ਕਿ ਉਹ ਬੋਲਣ ਤੁਹਾਡੀ ਫੈਮਿਲੀ ਵਿੱਚ, ਯੂ ਨੋ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਇਟ ਕੁਡ ਬੀ ਯੋਰ ਸਿਸਟਰ ਇਨ ਲਾ, ਯੋਰ ਯੂ ਨੋ ਡਾਟਰ ਇਨ ਲਾ, ਜਾਂ ਜੋ ਵੀ ਹੈਗੇ ਨੇ ਤੁਹਾਡੀ ਫੈਮਿਲੀ ਵਿੱਚ, ਫੀਮੇਲਸ ਨੂੰ ਇਨਕਰੇਜ ਕਰੋ ਕਿ ਇਟਸ ਓਕੇ ਟੂ ਸਪੀਕ, ਮਤਲਬ ਬੋਲਣਾ ਠੀਕ ਹੈ। ਜੇ ਸਾਰੇ ਫੀਮੇਲਸ ਇੱਕ ਦੂਜੇ ਨੂੰ ਇਨਕਰੇਜ ਕਰਨ ਕਿ ਇਟਸ ਓਕੇ ਟੂ ਸਪੀਕ, ਤਾਂ ਨੈਚੁਰਲੀ ਦੇ ਆਲ ਵਿਲ ਬੀ ਲਿਵਿੰਗ ਅ ਮਚ ਹੈਲਥੀਅਰ ਹੈਪੀਅਰ ਲਾਈਫ। ਓਕੇ, ਅੱਛਾ, ਵੈਸੇ ਤਾਂ ਜਦੋਂ ਤੁਹਾਡੇ ਵਰਗੀਆਂ ਪਰਸਨੈਲਿਟੀ ਸਾਡੇ ਸਨਮੁੱਖ ਹੁੰਦੀਆਂ ਨੇ ਜਿਹੜੀਆਂ ਕਿ ਡੈਫੀਨੇਟਲੀ ਮਲਟੀ ਟਾਸਕਿੰਗ ਵੀ ਨੇ, ਔਰ ਆਈ ਥਿੰਕ ਇਸੇ ਕਰਕੇ ਲੇਡੀਜ਼ ਨੂੰ ਮਲਟੀ ਟਾਸਕਿੰਗ ਮਸ਼ੀਨਸ ਵੀ ਕਿਹਾ ਜਾਂਦਾ ਕਦੇ ਕਦੇ, ਕਿਉਂਕਿ ਤੁਸੀਂ ਐਜ਼ ਅ ਫੈਸ਼ਨ ਡਿਜ਼ਾਈਨਰ ਵੀ ਕੰਮ ਕਰ ਰਹੇ ਹੋ, ਐਜ਼ ਐਨ ਆਰਟਿਸਟ ਵੀ ਕੰਮ ਕਰ ਰਹੇ ਹੋ, ਔਰ ਹੁਣ ਇੱਕ ਨਵਾਂ ਇਵੈਂਟ ਜਿਹੜਾ ਆ ਲੈ ਕੇ ਆ ਰਹੇ ਹੋ, ਔਰ ਇਹ ਜਿਹੜੀ ਇਨਵੋਲਵਮੈਂਟ ਆ, ਇਹ ਜਿਹੜੀ ਐਨਰਜੀ ਹੈ, ਇਹ ਤੁਸੀਂ ਕਿਸ ਤਰ੍ਹਾਂ ਮੇਨਟੇਨ ਕਰਦੇ ਹੋ ਸਾਰਾ ਕੁਝ ਅਰੇਂਜ ਕਰਨ ਦੇ ਲਈ? ਮੇਰਾ ਖਿਆਲ ਹੈ ਕਿ ਮੈਂਟਲ ਐਨਰਜੀ ਸਭ ਤੋਂ ਜ਼ਰੂਰੀ ਹੁੰਦੀ ਹੈ, ਔਰ ਮੈਂਟਲ ਐਨਰਜੀ ਲਈ ਤੁਹਾਨੂੰ ਆਪਣੇ ਦਿਮਾਗ ਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਹੈ, ਔਰ ਹਮੇਸ਼ਾ ਨੈਗੇਟਿਵ ਸੋਚਣਾ, ਨੈਗੇਟਿਵ ਫੀਲ ਕਰਨਾ, ਸਟੇ ਅਵੇ ਫਰੋਮ ਦੈਟ, ਬਿਲਕੁਲ ਸਟੇ ਅਵੇ ਫਰੋਮ ਦੈਟ। ਇਵਨ ਮੈਂ ਸੱਚੀ ਨੋਟਿਸ ਕੀਤਾ, ਇਵਨ ਯੂ ਨੋ ਸਾਇੰਟੀਫਿਕਲੀ ਆਲਸੋ ਇਟਸ ਪ੍ਰੂਵਨ ਕਿ ਜਦੋਂ even if we think negatively about somebody else, it has negative effect on our brain. Definitely. So just stay uplifted, positive, you know, always apne vallo tusi hamesha khush raho, apne aap nu khush rakhoge ta tusi vadhiya mother, vadhiya wife, vadhiya daughter in law, jo bhi tusi karna chahunde ho you'll be able to do, aur bahut important apni health ka dhyan rakho। Even female, like female especially, young age, older age, वो अपनी health नू बहुत ignore करती हैं। जी, हमेशा अपनी health का ध्यान set रखो, दिमाग का ध्यान already रहेगा, you'll be much happier। जी, किमी मैम, thank you so much, आज गलबात करने के लिए बहुत-बहुत शुक्रिया। तुसी ये जिहड़ा event लेके आ रहे हो, definitely एक बहुत वड्डा कदम है, बहुत वड्डा exposure है पंजाबियों के लिए, पंजाबियों, पंजाबी जिहड़ियां साडियां भैणां ने, मावां ने, चाचियां, ताईयां ने, सारियां दे लई बहुत बहुत शुक्रिया तुहाडा गलबात करन दे लई। एंड आई होप कि जस पंजाबी दे नाल तुहाडी ये मुलाकात जिहड़ी है दर बदर चलती रहेगी, और तुहाडे नाल मुलाकात करन दा मौका सानू बार बार मिलता रहेगा। थैंक यू जी अज दे शो दे विच गलबात करन लई। थैंक यू ब्रिंदर, यू हैव बीन ग्रेट, आई लव्ड टॉकिंग टू यू, बड़ा अच्छा लगा गल करके। थैंक यू सो मच, थैंक यू सो मच मैम।